ਸਰਹੰਦ ਦੇ ਵਿੱਚ ਪੈਂਦਾ ਪਿੰਡ ਹੈ ਅਤੇ ਬਲਾਕ ਵਡੋਹਾ ਦਾ ਪਿੰਡ ਹੈ। ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਸਾਬਕਾ ਮੌਜੂਦਾ ਸਰਪੰਚ ਸਰਦਾਰ ਕਾਬਲ ਸਿੰਘ ਜੀ, ਸਾਨੂੰ ਸਰਦਾਰ ਕਰਨੈਲ ਸਿੰਘ ਜੀ ਉਹਨਾਂ ਦੇ ਨਿਵਾਸ ਸਥਾਨ 'ਤੇ ਉਹਨਾਂ ਦੇ ਨਾਲ ਮੌਜੂਦ ਹਾਂ ਅਤੇ ਅਸੀਂ ਉਹਨਾਂ ਕੋਲੋਂ ਉਹਨਾਂ ਦੀ ਸਰਪੰਚੀ ਦੇ ਦੌਰਾਨ ਜਿਹੜੇ ਉਹਨਾਂ ਆਪਣੇ ਪਿੰਡ ਦੇ ਕੰਮ ਕੀਤੇ ਨੇ ਉਸ ਸੰਬੰਧੀ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ। ਅਤੇ ਉਸ ਤੋਂ ਇਲਾਵਾ ਅਤੇ ਹੁਣ ਉਹਨਾਂ ਦੇ ਪਿੰਡ ਦੇ ਵਿੱਚ ਪ੍ਰਬੰਧਕ ਲੱਗਾ ਹੋਇਆ ਹੈ, ਉਸ ਸੰਬੰਧੀ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਗੱਲ ਉਹਨਾਂ ਦੇ ਪਿੰਡ ਵਿੱਚ ਜਿਹੜਾ ਪ੍ਰਬੰਧਕ ਲੱਗਾ ਹੈ ਇਹਨਾਂ ਦੇ ਕੰਮ ਲੋਕਾਂ ਨੂੰ ਚੰਗੇ ਨਹੀਂ ਲੱਗੇ ਅਤੇ ਜਾਂ ਡਿਪਾਰਟਮੈਂਟ ਨੂੰ ਇਹਨਾਂ ਦੇ ਕੰਮ ਚੰਗੇ ਨਹੀਂ ਲੱਗੇ। ਅਤੇ ਆਓ ਹੁਣ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਆਪਾਂ ਪਿੰਡ ਚੱਕ ਮਾਮਾ ਤੋਂ ਮੌਜੂਦਾ ਸਰਪੰਚ ਸਰਦਾਰ ਕਾਬਲ ਸਿੰਘ ਜੀ ਦੇ ਨਾਲ। ਹਾਂਜੀ ਸਰ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਛਾ ਸਰ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪਿੰਡ ਵਾਸੀਆਂ ਨੂੰ ਕੁਛ ਕਹਿਣਾ ਚਾਹੋਗੇ ਜਿਨ੍ਹਾਂ ਨੇ ਤੁਹਾਨੂੰ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ? ਅਸੀਂ ਜਿਹਨਾਂ ਨੂੰ ਧੰਨਵਾਦ ਹਾਂ ਬਹੁਤ ਜਿਹਨਾਂ ਸਾਨੂੰ ਬਹਿ ਕੇ ਸਰਪੰਚ ਬਣਾਇਆ, ਅਤੇ ਅਗਾਂਹ ਵੀ ਆਉਣ ਵਾਲੇ ਸਮੇਂ 'ਚ ਚਲੋ ਸਾਡਾ ਸਹਿਯੋਗ ਦੇਣਗੇ ਜਿਹਨਾਂ ਦੇ ਨਾਲ ਆ ਪਿੰਡ ਵਾਸੀ ਪਿੰਡ ਵਾਸੀਆਂ ਦੇ ਨਾਲ। ਅਤੇ ਅੱਛਾ ਸਰਪੰਚ ਸਾਹਿਬ, ਹੁਣ ਆਪਾਂ ਗੱਲ ਕਰੀਏ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਆਪਣੇ ਅਸਲੀ ਘਰ, ਜਿਹੜਾ ਆਪਣਾ ਅਸਲੀ ਘਰ ਆ ਸ਼ਮਸ਼ਾਨ ਘਾਟ, ਜਿੱਥੇ ਹਰ ਇੱਕ ਇਨਸਾਨ ਨੇ ਜਾਣਾ, ਤਕੜੇ ਨੇ ਵੀ ਮਾੜੇ ਨੇ ਵੀ, ਅਤੇ ਚਾਹੇ ਆਪਾਂ ਕੱਚੇ ਘਰਾਂ 'ਚ ਰਹਿੰਦੇ ਹਾਂ ਅਤੇ ਚਾਹੇ ਆਪਾਂ ਪੱਕੇ ਘਰਾਂ 'ਚ ਰਹਿੰਦੇ ਹਾਂ, ਅਤੇ ਸਾਡਾ ਐਂਡ ਜਾ ਕੇ ਉੱਥੇ ਹੀ ਹੋਣਾ ਸ਼ਮਸ਼ਾਨ ਘਾਟ। ਅਤੇ ਜਦੋਂ ਤੁਸੀਂ ਸਰਪੰਚ ਬਣੇ ਸੀ ਉਦੋਂ ਸ਼ਮਸ਼ਾਨ ਘਾਟ ਦੀ ਜਿਹੜੀ ਹਾਲਤ ਸੀ ਉਹ ਕਿੱਦਾਂ ਦੀ? ਹਾਂ, ਉੱਥੇ ਜੀ ਇੱਕ ਲੜੇ ਸਾਹਿਬ ਮੇਰਾ ਬਰਾਂਡਾ ਪਿਆ ਸੀ, ਬਰਾਂਡਾ ਪਿਆ ਜ਼ਰੂਰ ਸੀ ਅਤੇ ਬਾਕੀ ਜਿਹੜੀਆਂ ਕੰਧਾਂ ਕੁੰਧਾਂ ਨੇ ਉਹ ਢੇਰਾ ਬੰਨਾ ਸਾਰਾ ਅਸੀਂ ਕਰਕੇ, ਹੁਣ ਬਹੁਤ ਸੋਹਣਾ ਬਣਿਆ ਹੈ, ਫੁੱਲ ਬੂਟੀ ਲੱਗੀ ਆ, ਪਾਰਕਾਂ ਬਣੀਆਂ ਨੇ, ਬਹੁਤ ਸੁੰਦਰ ਬਣੀਆਂ ਬਣੀਆਂ ਹੋਈਆਂ ਸ਼ਾਨਦਾਰ। ਅੱਛਾ ਜੀ, ਇਹ ਮਤਲਬ ਕਿ ਕੰਧਾਂ ਕੁੰਧਾਂ ਜਿਹੜੀਆਂ ਇਹ ਤੁਸੀਂ ਤੁਹਾਡੀ ਸਰਪੰਚੀ? ਹਾਂਜੀ ਸਰ, ਸਾਡੇ ਟਾਈਮ 'ਚ ਤੁਹਾਡੇ ਟਾਈਮ ਅਸੀਂ ਕਰਵਾਉਣਾ ਜੋ ਕਿ ਉਹ ਘਰ ਸਾਡਾ ਜਿਹੜਾ ਨਾ ਅਸਲੀ ਘਰ ਵਧੀਆ ਹੋਣਾ ਚਾਹੀਦਾ, ਅਸਲੀ ਘਰ ਅਸਲੀ ਘਰ ਸਾਡਾ ਹੋ ਗਈ ਹੈ। ਅਤੇ ਅੱਛਾ ਸਰਪੰਚ ਸਾਹਿਬ, ਜਿੱਦਾਂ ਮੰਨ ਲਓ ਕਿ ਕਈ ਹੁਣ ਪਿੰਡਾਂ ਦੇ ਵਿੱਚ ਗਰੀਬ ਲੋਕ ਨੇ ਅਤੇ ਉਹਨਾਂ ਦੇ ਜਿਹੜੇ ਨਲਕੇ ਆ ਜਾਂ ਉਹਨਾਂ ਮੋਟਰਾਂ ਲਵਾਈਆਂ ਨੇ ਉਹ 110 ਜਾਂ ਕੋਈ ਚੀਜ਼ ਨਹੀਂ ਲੱਗੀ, ਲਾਈਟਾਂ ਲੱਗੀਆਂ ਨੇ ਪਿੰਡ ਵਿੱਚ, ਇਹਦਾ ਮਤਲਬ ਫਿਰ ਤਾਂ ਪਿੰਡ ਵਿੱਚ ਰਾਤ ਹਨੇਰਾ ਬਹੁਤ ਹੁੰਦਾ ਹੋਣਾ, ਬੜੀ ਤੰਗੀ ਹੁੰਦੀ, ਬੜੀ ਜ਼ਿਆਦਾ ਤੰਗੀ ਆ, ਜਦੋਂ ਮਿਲੇ ਕੋਸ ਭੁਲਾ ਰਹੇ, ਇਹਦਾ ਕਿੱਦਾਂ ਮਤਾ ਮੁਤਾ ਪਾ ਕੇ ਦਿੱਤਾ ਜੀ? ਨਾ ਹਾਂ, ਇਹਦੇ ਬਾਰੇ ਵੀ ਕੋਈ ਗੱਲ ਕੀਤੀ ਜੀ, ਉਹਨੇ ਮੁੰਡੇ ਪੜ੍ਹਿਆ ਲਿਖਿਆ ਉਹਨੇ ਮਦਦ ਕੀਤੀ, ਪਹਿਲਾਂ ਕਰਦਾ ਰਿਹਾ ਹੈ, ਉਹਨੇ ਬਾਹਰ ਪਾ ਕੇ ਲਾਈਟਾਂ ਲੁੱਟਾਂ ਬਾਰੇ ਗੱਲ ਕੀਤੀ, ਬਾਕੀ ਹਾਂ ਨਹੀਂ ਕੀਤੀ, ਤੁਸੀਂ ਨਹੀਂ ਕੀਤੀ, ਉਹਨਾਂ ਨੇ ਸ਼ਾਇਦ ਉਹ ਵੀ ਪਤਾ ਨਹੀਂ ਗਾ ਉਹਨੇ ਕੀਤਾ ਹੋਵੇ ਨਾ ਕੀਤਾ ਹੋਵੇ। ਅੱਛਾ, ਉਹ ਵੀ ਪੱਕਾ ਨਹੀਂ? ਪੱਕਾ ਨਹੀਂ ਪਤਾ, ਜਦੋਂ ਆਹ ਪੁੱਛਿਆ ਨਹੀਂ ਸਾਡੇ ਕੋਲ, ਗੱਲ ਨਹੀਂ ਆਈ। ਅਤੇ ਆਪਣੇ ਸਰਪੰਚ ਸਾਹਿਬ, ਪਿੰਡ 'ਚ ਕੋਈ ਡਿਸਪੈਂਸਰੀ ਜਾਂ ਪਸ਼ੂ ਹਸਪਤਾਲ? ਨਾ ਨਹੀਂ ਹੈ, ਨਹੀਂ ਗਾ, ਬਸ ਅੱਗੇ ਆ। ਅਤੇ ਇਹਦਾ ਵੀ ਤੁਸੀਂ ਮਤਾ ਨਹੀਂ ਪਾ ਕੇ ਦਿੱਤਾ ਕਿ ਸਾਡੇ ਪਿੰਡ ਵਿੱਚ ਡਿਸਪੈਂਸਰੀ ਜਿਹੜੀ ਉਹ ਜ਼ਰੂਰੀ ਹੋਣੀ ਚਾਹੀਦੀ ਹੈ, ਵੈਟਰਨਰੀ ਹੋਸਪਿਟਲ ਜਿਹੜਾ ਉਹ ਵੀ ਜ਼ਰੂਰੀ ਹੋਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਲਾਜ਼ਮੀ ਹੋ ਗਿਆ ਜੀ ਹਰ ਪਿੰਡ ਵਿੱਚ ਡਿਸਪੈਂਸਰੀ ਅਤੇ ਪਸ਼ੂ ਹਸਪਤਾਲ। ਸਾਡੇ ਕੋਲ ਜਿਹੜਾ ਥਾਂ ਬਣਾਇਆ ਉਹ 'ਤੇ ਅਗਲਿਆਂ ਕਬਜ਼ਾ ਕਰ ਲਿਆ, ਮੇਰੇ ਚਲੋ ਵਧੀਆ, ਉਹ 'ਚ ਅਗਲਿਆਂ ਪੱਠੇ ਬੀਜੇ ਆ, ਉੱਥੇ ਲੜਾਈ ਕਿਹੜਾ ਜਾ ਕਰੇਗੇ, ਅਸੀਂ ਇੱਥੇ ਹਸਪਤਾਲ ਬਣਾਵਾਂਗੇ ਜਾਂ ਇੱਥੇ ਕੀ ਜਾਂ ਕਰਾਂਗੇ, ਇੱਥੇ ਕੁਛ ਨਹੀਂ ਹੈ, ਪੰਚਾਇਤੀ ਪੈਣੀ ਆ, ਪੰਚਾਇਤ ਦਾ ਥਾਂ ਜਿਵੇਂ ਇੱਕ ਛੱਪੜ ਉੱਠ ਕੇ ਦੂਜਾ ਪੁੱਜ ਗਿਆ ਉਹ ਪੰਚਾਇਤ ਦਾ ਹੋ ਗਿਆ। ਹਾਂ, ਅਤੇ ਉੱਥੇ ਕਿੰਨੇ ਬੀਜੇ ਨੇ ਪੱਠੇ? ਉਹ ਪੱਠੇ ਨਾ ਪਿੰਡ ਵਾਲਿਆਂ ਬੀਜੇ ਆ, ਪਿੰਡ ਵਾਲਿਆਂ ਜਿਹੜੇ ਜਿਹੜਾ ਲਾਗਰ ਲਾਉਂਦੇ ਜਾਂ। ਅੱਛਾ, ਉਹਨਾਂ ਨੇ ਬੀਜੇ, ਅਤੇ ਤੁਸੀਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰ ਸਕਦੇ ਜੀ? ਮੈਂ ਨਾ ਮਾਤੜ ਬੰਦਾ ਹਾਂ ਅਤੇ ਮੈਂ ਰਹਿਰ ਪੈਣ ਤੋਂ ਡਰਦਾ, ਮੈਂ ਤਾਂ ਪਛਾਣ ਗਿਆ ਚੁੱਪ ਕਰਕੇ, ਵੀ ਇਹਨੇ ਕਹਿਣਾ ਕਿ ਆਪਾਂ ਨੂੰ ਕਰੋੜਿਆ, ਆਪਾਂ ਆਪਣਾ ਟਾਈਮ ਪਾਸ ਕਰਦੇ ਹਾਂ, ਦਿਹਾੜੀ ਜਾ ਰਹੇ ਹਾਂ। ਨਹੀਂ, ਕਿਉਂਕਿ ਜੀ ਸਰਪੰਚ ਜੀ, ਸਰਪੰਚ ਪਿੰਡ ਦਾ ਰਾਜਾ ਹੁੰਦਾ ਜੀ, ਰਾਜਾ ਨਹੀਂ ਰਹਿੰਦਾ, ਅਤੇ ਰਾਜਾ ਜਿਹੜਾ ਉਹ ਆਪਣੀ ਪ੍ਰਜਾ ਨੂੰ ਕਰਦਾ ਅਤੇ ਉਹਨੂੰ ਉਸਤਾਦ ਵਾਸਤੇ ਕੁਛ ਵੀ ਕਰ ਸਕਦਾ, ਕਰ ਜ਼ਰੂਰ ਸਕਦਾ। ਮੈਂ ਸਿਰਫ ਇਸੇ ਗੱਲ ਤੋਂ ਹੀ ਮੈਂ ਮਾਤੜ ਸਾਹਿਬ ਦਾ ਮੈਂ ਵੀ ਅੱਗੇ ਵਧਿਆ, ਨਾ ਮੈਂ ਕਿਸੇ ਨਾਲ ਇਰਕਾ ਕੀਤੀ ਆ ਕਿ ਜੋ ਹੁੰਦਾ ਹੋਵੇ, ਜੋ ਉਹਨਾਂ ਨੂੰ ਚੰਗਾ ਲੱਗਦਾ ਅਤੇ ਜੋ ਠੀਕ ਹੈ ਜੋ ਕੁਛ ਹੈਗਾ। ਅਤੇ ਹੋਰ ਸਰਪੰਚ ਸਾਹਿਬ, ਆਪਣੇ ਪਿੰਡ 'ਚ ਕੋਈ ਗਰਾਊਂਡ ਜਾਂ ਪਾਰਕ ਹੋਵੇ? ਨਾ ਨਾ, ਗਰਾਊਂਡ ਨਾ ਪਾਰਕ, ਨਾ ਗਰਾਊਂਡ ਨਾ ਪਾਰਕ, ਅਤੇ ਫਿਰ ਕਿੱਥੇ ਖੇਡਦੇ ਆਪਣੇ ਪਿੰਡ ਦੇ ਨੌਜਵਾਨ? ਮੁੰਡੇ ਵਿਚਾਰੇ ਬਾਸਰ ਦੀ ਮੰਡੀ 'ਚ ਜਾ ਖੇਡਦੇ ਆ। ਅੱਛਾ, ਗਰਾਊਂਡ ਵੀ ਹੈ ਨਹੀਂ? 12 ਕਿੱਲੇ ਤੁਹਾਡੇ ਪਿੰਡ ਦੀ ਪੈੜੀ ਆ ਪੰਚਾਇਤ ਦੀ, ਅਤੇ ਤੁਸੀਂ ਉਹਦੇ ਵਿੱਚੋਂ ਵੀ ਨਹੀਂ ਛੱਡੀ ਗਰਾਊਂਡ? ਉਹ 'ਚੋਂ ਛੱਡੀ ਆ। ਮੈਂ ਜਿੱਦਾਂ ਪਹਿਲਾਂ ਦੱਸ ਦਿੰਦਾ ਕਿ ਅਸੀਂ ਇਸ ਵਕਤ ਪਿੰਡ ਚੱਕ ਬਾਮਾ ਜਿਹੜਾ
सरपंची जी खोई गई है वो धक्के दे नाल खोई गई है। इन्होंने ना तो कितने साइन किए ने कि मैं सरपंची लेके दिना किसी नूं, ते ना ही इन्हें प्रबंधक लगाने वास्ते साइन किए ने। इन्हों बड़ा जोर लाया जेडे इन्हों के विरोधी धिर से उन्होंने, पर इन्होंने लिखे नहीं दिती। सरपंची के हाले तक भी इन्हों को है, पर फिर भी इन्हों काम जरा नहीं कर दिता जा रहा, तो ना ही इन्हों कर देंगे ने। तो ग्रांट इन्हों सिर्फ एक ग्रांट मिली है, तो बाकी कोई इन्हों ग्रांट नहीं मिली। जी कि 11 लाख की एक ग्रांट मिली सी, वो इन्होंने जी पिंड सारे ला दी जिते जिते लाने वाली सी, तो होर इन्हों कोई ग्रांट नहीं मिली। तो ये असं अपील करते हैं कि इन्हों पूरा पिंड चाहता है कि सरपंच बन, तो कोई इतने प्रबंधक ना लाया जाए, तो कोई भी इतने मतलब हो सरपंच नहीं होना चाहिए। तो ये वाकया ही एक वधिया नेक सरपंच ने, तो इन्हों ही सरपंच मतलब कि दोबारा बना चाहिए। दोबारा की सरपंच ही ने ये, तो यही सरपंच रहने चाहिए। धन्यवाद, सत श्रीकाल। ये नले च पैना चाहिए कि जो गंदा पानी आ एक है निकासी नाले पाना चाहिए। बिल्कुल, भी जिते मान लो गंदा पानी जाता उ जाना चाहिए है जी, छपड़िया घर के नाल आ, तो जो मुश्क है गंदी मच्छर है जो भी कुछ है वो सारा लोगों घर करेगा, होर ज्यादा बीमारियां बीमारियां वर्दियाँ। ये जरा पानी नले च कहे पाना चाहिए। चलो ये भी ताकि मुश्किल दसी है जी, ये भी सरकार तक पहुँचेगी। तो अच्छा अपना सरपंच साहब कैटल शैड की स्कीम आई थी केंद्र वालों कि पशुआं दे कैटल शैड बनाओ, ते अपने पिंड च किन्ने क बने जी? ना जी, अपने पिंड च कोई एक भी नहीं बने। वो आए जरूर सी इत्थे फार्म भराए ही, उन्हें मुड़ के कैंसर पूछ ले करते ना मुड़ के कि ना गल की ना कोई सौ दो बार पुछा ही आते नहीं, वह पास नहीं हो पास नहीं। अच्छा, महकमे महकमे वालों मतलब अपने तीन पंचायत घर दे आते पास ही नहीं होते पास मतलब अजे तक ਸਾਨੂੰ ਨਾ ਕਿਸੇ ਦੱਸਿਆ ਹੀ ਆ ਕਿ ਸਮਾਨ ਆਇਆ ਲੈ ਜਾਓ।
उस टाइम तो ताड़े जिहड़े काम रुके सी वो किहड़े किहड़े काम सी जिहड़े हाले भी रुके ने जां हो गए ने? साडे जी सारे रुकिया वेख लो गलियां ये पुरानियां बनिया इत्थे असीं दो टायर दी बनाई सी ते दो टायर लग जाए ते नाल गै चंगियां बन जाण पिंड दा गांडा उह नहीं हटिया उह इहनां लोकां ने ढाउंदा ਜਦੋਂ ਇਹਨਾਂ ਸਾਨੂੰ ਲਾਹ ਦਿੱਤਾ ਤਾਂ ਅਸੀਂ ਮੁੜ ਕੇ ਕੀ ਕਰਦਾ ਮੁੜ ਕੇ ਪ੍ਰਬੰਧਕ ਲਾ ਗਿਆ ਪ੍ਰਬੰਧਕ ਨੇ ਮਰਜ਼ੀ ਆਪ ਦੀ ਕੀਤੀ ਆ ਉਹਦੇ 'ਚ ਉਂਝ ਨਹੀਂ ਲੱਗਦਾ ਪ੍ਰਬੰਧਕ ਉਹਨੇ ਆ ਪੂਰੇ ਠੀਕ ਪਵਾਤੇ ਆ ਉਹ ਵੀ ਉਹ ਦੇਖਣ ਨੇ ਆ ਠੇਕੇ ਦੇ ਕੰਮ ਦਿੱਤਾ ਉਹ ਠੇਕੇ ਵਾਲੇ ਪਾਪ ਨੂੰ ਗਾਂਹ ਗਏ ਮੇਰਾ ਲਿਖਦਾ ਪਾਣੀ ਕਿਤੇ ਨਹੀਂ ਮਿਲਦਾ ਪਾਣੀ ਫਲੋ ਜਾਂਦਾ ਆ ਹਾਂ ਮੈਂ ਤੁਹਾਨੂੰ ਹੁਣ ਪੂਰੇ ਬੰਦ ਰਹੇ ਪਾਣੀ ਫਿਰ ਇੱਥੇ ਤੁਰਾਂ 'ਚ ਪੈ ਗਿਆ ਅਤੇ ਬਹੁਤ ਬਹੁਤ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਹੈ ਅਤੇ ਤੁਹਾਡੀ ਕੋਈ ਮਿੰਟ ਦੀ ਮੰਗ ਹੋਵੇ ਤਾਂ ਤੁਸੀਂ ਸਾਡੇ ਚੈਨਲ ਰਾਹੀਂ ਕਹਿ ਸਕਦੇ ਜੀ ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਹੈ ਮਾਂ ਤੱਕ ਜਾ ਸਕਦੀ ਸਾਡੀ ਇਹੋ ਹੀ ਆਵਾਜ਼ ਹੈ ਵੀ ਸਾਡੇ ਪਿੰਡ ਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਅਤੇ ਜਿਹੜਾ ਸਾਡੇ ਪਿੰਡ ਦੀ ਗਲਤੀ ਆ ਇਹ ਹਰ ਜੇ ਉਹ ਪਿੰਡ ਸਾਡੇ ਨੂੰ ਸਾਫ਼ ਸੁਥਰਾ ਬਣ ਜਾਵੇ ਪਿੰਡ ਦਾ ਜਿਹੜਾ ਛੱਪੜ 'ਚ ਪਾਣੀ ਪੈਣ ਦਿਆ ਗੰਦਾ ਇਹਦਾ ਕੋਈ ਵਿਕਾਸ ਹੋ ਜਾਵੇ ਜਿਹੜਾ ਜਾ ਕੇ ਤਲੇ ਕੇ ਪਵੇ ਸਾਡੇ ਤੋਂ ਦੋ ਦੋ ਨਾਲਾ ਦੂਰ ਆ ਸਰਕਾਰ ਦੇ ਕੇ ਕੋਈ ਗੱਲ ਨਹੀਂ ਜੇ ਥੱਲੇ ਪਾਈਪ ਵੱਡੇ ਪਾਈਪ ਹਾਂਜੀ ਸਾਡੀ ਦਿਆ ਮੰਗ ਜੇ ਅੱਛਾ ਦੋ ਮੰਗਾਂ ਨੇ ਧੰਨਵਾਦ ਹੈ ਸਰਮਨ ਸਾਹਿਬ ਬਹੁਤ ਬਹੁਤ ਤੁਹਾਡਾ ਜੀ ਅਤੇ ਮੈਂ ਕੁਲਵੰਤ ਸਿੰਘ ਦੇ ਲੋਕ ਜਿੱਦਾਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਇਸ ਵਕਤ ਅਸੀਂ ਪਿੰਡ ਚੱਕ ਬਾਮਾ ਜਿਹੜਾ ਕਿ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਪੈਂਦਾ ਪਿੰਡ ਹੈ ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਸਰਪੰਚ ਸਾਹਿਬ ਕਾਲੂ ਸਿੰਘ ਜੀ ਦੇ ਨਾਲ ਗੱਲ ਕਰ ਰਹੇ ਸਾਂ ਅਤੇ ਉਹਨਾਂ ਨੇ ਆਪਣੇ ਪਿੰਡ ਬਾਰੇ ਜੋ ਵੀ ਉਹਨਾਂ ਨੇ ਕੰਮ ਕੀਤੇ ਸੀ ਆਪਣੇ ਸਰਪੰਚ ਦੇ ਦੌਰਾਨ ਉਹ ਸਾਰੇ ਉਹਨਾਂ ਦੱਸੇ ਅਤੇ ਉਸ ਤੋਂ ਇਲਾਵਾ ਉਹਨਾਂ ਨੇ ਆਪਣੇ ਪਿੰਡ ਦੀ ਪੂਰੇ ਪਿੰਡ ਵੱਲੋਂ ਮੰਗ ਹੈ ਉਹਨਾਂ ਦੀ ਕਿ ਜੇ ਕਿਤੇ ਉਹਨਾਂ ਦੇ ਪਿੰਡ ਵਿੱਚ ਵਾਟਰ ਸਪਲਾਈ ਜਿਹੜੀ ਹੈ ਉਹ ਜ਼ਰੂਰੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਲੋਕ ਨੇ ਉਹ ਪਾਣੀ ਪੀ ਪੀ ਕੇ ਖਰਾਬ ਪਾਣੀ ਜਿਹੜਾ 110-120 ਫੁੱਟ ਦੇ ਕੋਲ ਹੋਏ ਨੇ ਉਹ ਪਾਣੀ ਪੀ ਰਹੇ ਨੇ ਅਤੇ ਬਿਮਾਰ ਹੋ ਰਹੇ ਨੇ ਜਿਹਦੇ ਨਾਲ ਕਿ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਅਤੇ ਇੱਕ ਉਹਨਾਂ ਦੀ ਮੰਗ ਹੈ ਅਤੇ ਆਪਣੇ ਜਿਹੜੀ ਇਹਨਾਂ ਦੱਸੀ ਹੈ ਆਪਣੇ ਵਾਟਰ ਸਪਲਾਈ ਦੀ ਅਤੇ ਦੂਜੀ ਮੰਗ ਇਹਨਾਂ ਦੀ ਹੈਗੀ ਹੈ ਆਪਣੇ ਦੂਜੀ ਮੰਗ ਕਿਹੜੀ ਸਰ ਮਤਲਬ ਆਪਣੇ ਪਾਣੀ ਦੇ ਅਨਖਾਸ ਦਾ ਹੀ ਪਾਣੀ ਦਾ ਖਾਸ ਸਰ ਇੱਥੋਂ ਨਿਕਲਣਾ ਚਾਹੀਦਾ ਕਈ ਪਾਸੇ ਅੱਛਾ ਤੁਸੀਂ ਕਹਿੰਦੇ ਜੇ ਕਿਹਾ ਵਾ ਨਹੀਂ ਨਹੀਂ ਜਿਹੜਾ ਤੇ ਛੱਪੜ ਚੋਂ ਗਾਂ ਨਿਕਲਣਾ ਚਾਹੀਦਾ ਕਿਸੇ ਨਲੇ 'ਚ ਪੈਣਾ ਚਾਹੀਦਾ ਹੈ ਅੱਛਾ ਛੱਪੜ ਚੋਂ ਗਾਂ ਛੱਪੜ ਦਾ ਜਿਹੜਾ ਨਿਕਾਸ ਹੈ ਉਹ ਹੋਣਾ ਚਾਹੀਦਾ ਹੈ ਕਿ ਜਿੱਦਾਂ ਬਾਰਿਸ਼ ਆਉਂਦੀ ਹੈ ਅਤੇ ਉਹ ਛੱਪੜ ਓਵਰਫਲੋ ਹੋ ਕੇ ਅਤੇ ਲੋਕਾਂ ਦੇ ਲਾਗੇ ਖੇਤਾਂ ਦੇ ਵਿੱਚ ਪੈਂਦਾ ਹੈ ਅਤੇ ਲੋਕਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਨੇ ਅਤੇ ਇਹਦੀ ਵੀ ਮੰਗ ਕਰਦੇ ਨੇ ਕਿ ਇਹ ਜਿਹੜਾ ਛੱਪੜ ਦਾ ਪਾਣੀ ਹੈ ਉਹ ਵੀ ਕਿਸੇ ਨਲੇ ਦੇ ਵਿੱਚ ਪਾਇਆ ਜਾਵੇ ਸੀਵਰੇਜ ਪਾ ਕੇ ਤਾਂ ਕਿ ਲੋਕ ਜਿਹੜੇ ਲਾਗੇ ਪੈਲੀਆਂ ਵਾਲੇ ਨੇ ਉਹਨਾਂ ਨੂੰ ਪਰੇਸ਼ਾਨੀ ਨਾ ਹੋ ਅਤੇ ਇਹ ਇਹਨਾਂ ਦੀ ਮੰਗ ਜਿਹੜੀ ਹੈ ਅਸੀਂ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੇ ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਮੈਂ ਕੁਲਵੰਤ ਸਿੰਘ ਦੇ ਲੋਕ ਪੰਜਾਬ ਤੋਂ ਪਹਿਲਾਂ ਨਿਕਲੋ ਦੇਖੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ ਅਤੇ ਕਰਵਾ ਨਹੀਂ ਸਕਦੇ ਨਾ ਜੀ ਕਰਾ ਅਤੇ ਉਹ ਜਿਹੜਾ ਪਾਣੀ 110-120 ਫੁੱਟ 'ਤੇ ਆਉਂਦਾ ਉਹ ਪੀਣ ਯੋਗ ਪਾਣੀ ਨਹੀਂ ਹੈ ਜਿਹਦੇ ਕਾਰਨ ਕਿ ਕਈ ਬਿਮਾਰੀਆਂ ਲੱਗਦੀਆਂ ਲੋਕਾਂ ਨੂੰ ਅਤੇ ਆਪਣੇ ਪਿੰਡ ਵਿੱਚ ਵਾਟਰ ਸਪਲਾਈ ਹੈ ਜੀ ਨਾ ਜੀ ਵਾਟਰ ਸਪਲਾਈ ਹੈ ਇੱਥੇ ਮਹਿਕਮੇ ਵਾਲੇ ਆਉਂਦੇ ਰਹੇ ਆ ਅਤੇ ਉਹਨਾਂ ਸਾਰੀ ਭੱਜ ਦਾ ਸੁਤਰੀ ਕੀਤੀ ਤਾਂ ਕਿਉਂਕਿ ਥਾਂ ਨਹੀਂ ਦਿੱਤਾ ਗਾਲਣਾ ਜ਼ੋਰ ਹੋ ਗਈ ਉੱਥੇ ਕੀ ਆ ਗਾਂ ਵਧੀ ਨਹੀਂ ਗਾ ਅਤੇ ਕੀ ਗੱਲ ਪੰਚਾਇਤ ਦਾ ਥਾਂ ਹੈ ਨਹੀਂ ਸੀ ਤੁਹਾਡੇ ਪਿੰਡ ਪੰਚਾਇਤ ਦਾ ਟੇਕੀ ਦਾ ਥਾਂ ਹੈਗਾ ਅਤੇ ਟੇਕੀ ਦਾ ਥਾਂ ਕਿਸੇ ਦੇ ਥੱਲੇ ਜਿਹਦੇ ਥੱਲੇ ਲੱਗਦਾ ਉਹ ਉਹਨੇ ਗੱਲ ਦਬਦਬਾ ਲਈ ਨਾ ਕਿਸੇ ਮੁੰਡੇ ਚਾਰਾ ਕੀਤਾ ਨਾ ਆਇਆ ਹੀ ਉਹ ਅੱਛਾ ਪੰਚਾਇਤ ਦੀ ਥਾਂ 'ਤੇ ਕਿਸੇ ਨੇ ਕਬਜ਼ਾ ਕੀਤਾ ਸੀ ਉਹੋ ਜੀ ਕਬਜ਼ਾ ਜਾਂ ਕਿਉਂਕਿ ਛੱਪੜ ਪੂਰਿਆ ਸੀ ਅਤੇ ਸਾਡੀ ਸਲਾਹ ਸੀ ਕੋਈ ਦਾ ਛੱਪੜ ਪੂਰਿਆ ਉਹਦੇ ਵਿੱਚ ਟੇਕੀ ਲੱਗ ਜਾਏ ਹੋਰ ਜੇਕਰ ਨਹੀਂ ਹੈਗਾ ਤੇ ਹਾਂਜੀ ਅਤੇ ਜਾਣੇ ਕੋਈ ਕਿਸੇ ਨੇ ਡੱਕਦਾ ਵੀ ਇੱਥੇ ਨਹੀਂ ਲੱਗਣੀ ਚਾਹੀਦੀ ਅਤੇ ਆਗੂ ਬੰਦੇ ਨੇ ਡੱਕਦਾ ਹੈ ਠੀਕ ਹੈ ਮਤਲਬ ਵੀ ਉਹ ਮਨਾ ਕਰਤਾ ਮਨਾ ਕਰਤਾ ਵੀ ਇੱਥੇ ਨਹੀਂ ਕੁਛ ਵੀ ਲੱਗਣਾ ਅਤੇ ਉਹਦੇ ਕਾਰਨ ਬਣੀ ਨਹੀਂ ਬਣੀ ਉਹਦੇ ਕਾਰਨ ਸਾਰਾ ਕੰਮ ਰੁਕਿਆ ਅਤੇ ਇਹ ਫਿਰ ਹੋਰ ਕਿਸੇ ਪਿੰਡੋਂ ਲਾਗੋ ਬੰਨਿਓ ਪਾਣੀ ਆਉਂਦਾ ਹੋਵੇ ਜਿੱਥੇ ਟੈਂਕੀ ਹੋਵੇ ਨਾ ਜੀ ਹੋਰ ਕਿਸੇ ਬੰਨਿਓ ਸਾਨੂੰ ਪਾਣੀ ਬਾਹਰੋਂ ਨਹੀਂ ਆਉਂਦਾ ਕਿਉਂ ਨਹੀਂ ਪਾਣੀ ਆਉਂਦਾ ਅਤੇ ਫਿਰ ਪਿੰਡ ਵਾਸੀ ਜਿਹੜੇ ਨੇ ਤੁਹਾਡੇ ਇਹ ਉਹੀ ਪਾਣੀ ਪੀਂਦੇ ਨੇ ਜਿਹੜਾ ਮੰਨ ਲਓ ਨਲਕਿਆਂ ਦਾ ਜਾਂ ਮੋਟਰਾਂ ਦਾ ਉਹ ਨਲਕਿਆਂ ਦਾ ਪਾਣੀ ਵਿਚਾਰੇ ਜਿਹੜੇ ਲੋਕ ਮਾਰੇ ਮਾਰਦੇ ਉਹ ਕਿੱਥੋਂ ਮੋਟਰ ਲਵਾਉਂਦੇ ਖੂਹ ਦਾ ਖੂਹ ਕਿੱਥੋਂ ਕਰਵਾਉਣ ਜੀ ਉਹ ਗੰਦਾ ਪਾਣੀ ਪੀ ਕੇ ਜਿਹੜਾ ਟਾਈਮ ਪਾ ਕਰਦੇ ਕਿਤੇ ਮੋਢੇ ਪੀੜ ਹੁੰਦੇ ਆ ਕੋਈ ਬਿਮਾਰ ਆ ਕਿਤੇ ਕੁਛ ਆ ਕਿਤੇ ਕੁਛ ਕਿਉਂਕਿ ਉਹ ਪਾਣੀ ਜਿਹੜਾ ਪੀਣ ਯੋਗ ਨਹੀਂ ਨਾ ਜਿਹਦੇ ਕਾਰਨ ਬਿਮਾਰੀਆਂ ਲੱਗਦੀਆਂ
ਸਰਬੰਧਾ ਗੰਦੇ ਪਾਣੀ ਦਾ ਨਿਕਾਸ ਕਿੱਦਾਂ ਜੇ ਪਿੰਡਾਂ ਜਾ ਕੇ ਦੇਖੀਦਾ ਜਿੱਦਾਂ ਪਾਣੀ ਖਲੋਤਾਂ ਦਾ ਵਾ ਗਲੀਆਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਆਪਣੇ ਪਿੰਡ 'ਚ ਕਿੱਦਾਂ ਜੇ ਗੰਦੇ ਸਾਡੇ ਜਿਹੜਾ ਪਿੰਡ ਦਾ ਬਾਹਰ ਬਾਹਰ ਦਾ ਪਾਣੀ ਹੈ ਨਾ ਬਾਹਰਲੇ ਵਿਹੜੇ ਘਰਾਂ ਦਾ ਉਹ ਤਾਂ ਛੱਪੜ 'ਚ ਜਾ ਪਿਆ ਸਾਰਾ ਜਾਣੇ ਛੱਪੜ 'ਚ ਪੈ ਗਿਆ ਕਿ ਜਿਹੜਾ ਪਿੰਡ ਦਾ ਛੱਪੜ ਹੈ ਨਾ ਪੁੱਛੇ ਹਾਂਜੀ ਉਹ 'ਚ ਪੈ ਗਿਆ ਅਤੇ ਉਹਦਾ ਨਿਕਾਸ ਛੱਪੜ ਦਾ ਹੈ ਕਿ ਬੰਦੇ ਨਹੀਂ ਛੱਪੜ ਦਾ ਨਿਕਾਸ ਨਹੀਂ ਗਾ ਕਿਸੇ ਪਾਸੇ ਅਤੇ ਫਿਰ ਛੱਪੇ ਜਦੋਂ ਬਾਰਿਸ਼ ਵਗੈਰਾ ਆਉਂਦੀ ਆ ਅਤੇ ਉਸ ਟਾਈਮ 'ਤੇ ਛੱਪੜ ਭਰ ਜਾਂਦਾ ਹੋਣਾ ਛੱਪੜ ਡੂੰਘਾ ਬਥੇਰਾ ਹੈ ਪਾਣੀ ਉਹ ਪਿੰਡ ਝੜ ਜਾਂਦਾ ਅਤੇ ਬਾਕੀ ਜੇ ਪਾਣੀ ਉੱਪਰ ਹੋਵੇ ਤਾਂ ਪੈਰਿੰਗ ਪੂਰ ਨਿਕਲ ਜਾਂਦਾ ਅੱਛਾ ਜੀ ਮਤਲਬ ਕਿ ਲੋਕਾਂ ਦੀਆਂ ਫਸਲਾਂ ਹੀ ਖਰਾਬ ਕਰਦਾ ਫਸਲਾਂ ਹੀ ਖਰਾਬ ਕਰਦਾ ਹੋਵੇ ਅਤੇ ਕਿਸੇ ਦਾ ਨੁਕਸਾਨ ਕਰਦਾ ਅਤੇ ਇਹ ਇਹ ਮੰਨ ਲਓ ਇਹਦੇ ਬਾਰੇ ਨਹੀਂ ਸੋਚਿਆ ਕਦੀ ਕਿ ਇਹਦਾ ਨਿਕਾਸ ਕਰੀਏ ਇਹਨੂੰ ਕਿਸੇ ਬੰਨੇ ਕੱਢੀਏ ਇਹਦਾ ਨਿਕਾਸ ਹੋਣਾ ਚਾਹੀਦਾ ਜ਼ਰੂਰੀ ਇਹ ਤਾਂ ਸਰਕਾਰ ਹੀ ਕਰ ਸਕਦੀ ਇਹਨਾਂ